ਲਾਡੋਵਾਲ ਟੋਲ ਪਲਾਜ਼ਾ ਉੱਤੇ ਮੌਜੂਦ ਹਾਂ, ਜੋ ਇੱਕ ਵਾਰ ਫਿਰ ਤੋਂ ਆਮ ਲੋਕਾਂ ਦੇ ਲਈ ਸ਼ੁਰੂ ਹੋ ਚੁੱਕਿਆ ਹੋਇਆ ਅਤੇ ਇੱਕ ਤੋਂ ਬਾਅਦ ਕਲੇਸ਼ ਪੈਂਦੇ ਹੋਏ ਇੱਥੇ ਨਜ਼ਰ ਆ ਰਹੇ ਨੇ, ਕਿਉਂਕਿ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ, ਡਬਲ ਵਸੂਲੀ ਜਿਹੜੀ ਕੀਤੀ ਜਾ ਰਹੀ ਅਤੇ ਨੀਟੂ ਛੱਟਰਾ ਵਾਲਾ ਵੀ ਇੱਥੇ ਪਹੁੰਚੇ ਨੇ ਫਿਲਮ ਦੀ ਸ਼ੂਟਿੰਗ। ਨੀਟੂ ਜੀ ਸ਼ੂਟਿੰਗ ਦੇ ਲਈ ਜਾ ਰਹੇ ਸੀਗੇ, ਲਾਡੋਵਾਲ ਟੋਲ ਪਲਾਜ਼ੇ ਤੋਂ ਲੰਘੇ, ਅੱਜ ਦੁਬਾਰਾ ਪਰਚੀ ਕੱਢਣੀ ਸ਼ੁਰੂ ਹੋ ਗਈ ਹੈ ਤਾਂ ਲਗਾਤਾਰ ਕਲੇਸ਼ ਵੀ ਪੈਂਦੇ ਹੋਏ ਨਜ਼ਰ ਆ ਰਹੇ ਨੇ, ਤਾਂ ਕੀ ਮਹਿਸੂਸ ਹੋ ਰਿਹਾ? ਦੇਖੋ ਆਪਾਂ ਤਾਂ ਕਹਿੰਦੇ ਜੋ ਜਾਇਜ਼ ਆ ਪੈਸੇ ਜਾਇਜ਼ ਕੱਟ ਲੈਣ, ਜੇ ਟੂਲ ਟੈਕਸ ਮਹਿੰਗਾ ਵਾ ਥੋੜ੍ਹਾ ਉਹਨੂੰ ਸਸਤਾ ਕਰ ਦੇਣ, ਲੋਕਾਂ ਦੀਆਂ ਮੁਸ਼ਕਿਲਾਂ ਦੇਖੋ, ਲੋਕਾਂ ਦੀ ਜੇਬ 'ਚ ਪੈਸੇ ਜਾਂਦੇ, ਦੁੱਖ ਤਾਂ ਹੁੰਦਾ ਹੀ ਹੈ, ਦੁੱਖ ਤਾਂ ਹੁੰਦਾ ਹੀ ਹੈ ਕਿ ਵੀ ਇੰਨੇ ਪੈਸੇ ਲੈ ਰਹੇ, ਜਿਹਦੇ ਆਪਾਂ ਰੁਪਈਏ ਤਾਂ 10 ਰੁਪਏ ਲਵਾਂਗੇ ਅਤੇ ਹਰ ਕੋਈ ਇਨਸਾਨ ਚੀਕਾਂ ਮਾਰੇਗਾ। ਜੋ ਸਰਕਾਰ ਨੂੰ ਜਾਇਜ਼ ਲੱਗਦਾ ਜਾਇਜ਼ ਕਰ ਲੈਣ ਯਾਰ, ਹੋਰ ਵੀ ਤਾਂ ਟੂਲ ਟੈਕਸ ਔਰ ਲੁਧਿਆਣੇ ਦਾ ਟੂਲ ਟੈਕਸ ਕਿਉਂ ਮਹਿੰਗਾ ਵਾ, ਇਹ ਹੁਣ ਸਰਕਾਰਾਂ ਦੱਸਦੀਆਂ। ਜਿਹੜੇ ਵਿਚਾਰੇ ਬੈਠੇ ਮੁਲਾਜ਼ਮ ਕੰਮ ਕਰਦੇ ਉਹਨਾਂ ਦਾ ਕਸੂਰ ਨਹੀਂ ਹੈਗਾ ਕੋਈ, ਇਹ ਸਰਕਾਰਾਂ ਚਾਹੁਣ ਸਾਰਾ ਕੁਝ ਕਰ ਸਕਦੀਆਂ। ਕਿਸਾਨਾਂ ਦੇ ਵੱਲੋਂ ਪਿਛਲੇ 1.5 ਮਹੀਨੇ ਤੋਂ ਆਮ ਲੋਕਾਂ ਲਈ ਟੋਲ ਫਰੀ ਕੀਤਾ ਹੋਇਆ ਸੀਗਾ, ਮੈਂ ਕਿਸਾਨਾਂ ਦੀ ਇੱਕੋ ਇੱਕ ਮੰਗ ਸੀ ਕਿ ਇਸਦੀ ਪਰਚੀ ਘਟਾ ਕੇ 150 ਕੀਤੀ ਜਾਵੇ ਤਾਂ 24 ਘੰਟੇ ਦੀ ਪਰਚੀ ਵੈਲਿਡ ਕੀਤੀ ਜਾਵੇ। ਨਹੀਂ ਦੇਖੋ ਜੋ ਜਾਇਜ਼ ਹੈ, ਦੇਖੋ ਇਹ ਤਾਂ ਆਪਾਂ ਕਹਿ ਸਕਦੇ ਵੀ 24 ਘੰਟੇ ਦੀ ਕਰ ਦਿਓ, ਠੀਕ ਹੈ, ਬਾਕੀ ਇਹ ਹੈ ਕਿ ਪਰਚੀ ਬਹੁਤ ਜ਼ਿਆਦਾ ਵਾ, ਹਰ ਕਿਸੇ ਡਰਾਈਵਰ ਵੀਰ ਭਰਾ ਨੂੰ, ਹਰ ਕਿਸੇ ਘਰ ਦੇ ਵਿੱਚੋਂ ਜੇਬ 'ਚ ਪੈਸੇ ਜਾਂਦੇ ਆ, ਦੁੱਖ ਆਉਂਦਾ, ਅਤੇ ਸਰਕਾਰ ਨੂੰ ਵੀ ਚਾਹੁੰਦਾ ਚਾਹੀਦਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਬਣੀਆਂ ਲੋਕਾਂ ਵਾਸਤੇ, ਮਿਹਨਤ ਦਿਖਾਉਂਦੇ, ਜਿਹਦੇ 1 ਰੁਪਿਆ ਵੀ ਮਿਹਨਤ ਨਾਲ ਕਮਾਇਆ ਦੁੱਖ ਆਉਂਦਾ ਜੀ। ਅਸੀਂ ਤਾਂ ਜਨਤਾ ਨਾਲ ਜੁੜੇ ਹਾਂ, ਜੇ 24 ਘੰਟੇ ਵਿੱਚ 150 ਦੀ ਪਰਚੀ ਹੁੰਦੀ ਹੈ, ਹੋਰ ਕੀ ਜਨਤਾ ਨੂੰ ਚਾਹੀਦਾ, ਕਿਉਂਕਿ ਸਾਰਿਆਂ ਦਾ ਫਾਇਦਾ। ਬੋਝ ਕਿੰਨਾ ਕੁ ਪੈਂਦਾ ਆਮ ਬੰਦੇ ਦੀ ਜੇਬ ਦੇ ਉੱਤੇ? ਬਹੁਤ ਜ਼ਿਆਦਾ ਪੈ ਰਿਹਾ, ਸਭ ਤੋਂ ਮਹਿੰਗਾ ਟੂਲ ਟੈਕਸ ਲੁਧਿਆਣੇ ਦਾ ਜੀ। ਪਰ ਆਪਾਂ ਇਹ ਨਹੀਂ ਕਹਿੰਦੇ ਕਿ ਬੰਦ ਕਰ ਦਿਓ, ਆਪਾਂ ਇਹ ਕਹਿੰਦੇ ਵੀ ਸਰਕਾਰ ਦੀਆਂ ਜੋ ਹਦਾਇਤਾਂ ਹੈਗੀਆਂ ਉਹਨਾਂ ਨੂੰ ਅਸੀਂ ਵੀ ਫੋਲੋ ਕਰਾਂਗੇ, ਜੇ ਅਸੀਂ ਨਹੀਂ ਕਰਾਂਗੇ ਤਾਂ ਫਿਰ ਰੂਲ ਕਾਹਦੇ ਰਹਿ ਗਏ? ਕਿਉਂਕਿ ਡਾਕਟਰ ਭੀਮਰਾਓ ਬਾਬਾ ਸਾਹਿਬ ਦੀ ਔਰ ਜਿਹੜੀ ਕਿਤਾਬ ਦੇ ਵਿੱਚ ਆ, ਆਪਣਾ ਡਾਕਟਰ ਭੀਮਰਾਓ ਬਾਬਾ ਸਾਹਿਬ ਸੰਵਿਧਾਨ ਦੇ ਵਿੱਚ ਆ, ਜੋ ਉਹਨਾਂ ਨੇ ਲਿਖਿਆ, ਜੋ ਲੋਕਾਂ ਨੇ ਪੜ੍ਹਿਆ ਕਿਤਾਬਾਂ ਦੇ ਵਿੱਚੋਂ ਵੀ ਸਿੱਖਿਆ ਲਈ ਹੈ, ਉਹ ਸਾਰੇ ਦੀ ਗਾਈਡਲਾਈਨਸ ਅਪਣਾਵਾਂਗੇ ਆਪਾਂ, ਜੋ ਜਾਇਜ਼ ਜਾਇਜ਼ ਕਰੋ ਯਾਰ। ਬਸ ਆਪਾਂ ਤਾਂ ਕਹਿੰਦੇ 150 ਰੁਪਏ ਦਾ ਕਰ ਦਿਓ, 24 ਘੰਟੇ ਕਰ ਦਿਓ, ਕਿਸੇ ਨੂੰ ਚੁੱਭੂਗਾ ਨਹੀਂ। ਬਸ ਰੇਟ ਕਿਉਂ ਘੱਟ ਕਿਉਂ ਨਹੀਂ ਕੀਤੇ ਜਾ ਰਹੇ, ਲੋਕਾਂ ਦੀ ਜੇਬ 'ਤੇ ਸਿੱਧਾ ਡਾਕਾ ਕਿਉਂ ਮਾਰਿਆ ਜਾ ਰਿਹਾ? ਹੁਣ ਤੁਸੀਂ ਇਹ ਦੇਖ ਲਓ ਵੀ ਸਬਜ਼ੀ ਕਿੰਨੀ ਮਹਿੰਗੀ ਹੋ ਗਈ, ਆਟਾ ਕਿੰਨਾ ਮਹਿੰਗਾ, ਘਿਓ ਕਿੰਨਾ ਮਹਿੰਗਾ, ਤੇਲ ਕਿੰਨਾ ਮਹਿੰਗਾ ਹੋ ਗਿਆ, ਇਹ ਸਾਰਾ ਬਹੁਤ ਜਨਤਾ ਦੇ ਪਿਆ ਵਾ, ਔਰ ਗਰੀਬ ਬੰਦੇ ਦੇ ਪਿਆ ਵਾ। ਇਲੈਕਸ਼ਨ ਲੀਡਰ ਕਰਾਉਂਦੇ ਆ, ਮਰ ਗਰੀਬ ਜਾਂਦਾ, ਹੁਣ ਉਹ ਗਰੀਬ ਦੇ ਘਰ ਕੋਈ ਘਰ ਕੋਈ ਬੱਚਾ ਜਾਂ ਕੋਈ ਸ਼ਾਦੀ ਕਰਾਉਣੀ ਹੈ ਜਾਂ ਕਰਾ ਵਿਆਹ ਕਰਾਉਣਾ, ਉਹ ਬੇਚਾਰਾ ਕੀ ਕਰੂ, ਘਰ ਬਾਰ ਵੇਚ ਕੇ ਕਰਾਊਗਾ? ਇਹ ਸਰਕਾਰਾਂ ਨੂੰ ਮੱਤ ਨਹੀਂ ਆਉਂਦੀ, ਇਹ ਸਰਕਾਰਾਂ ਨੂੰ ਅਕਲ ਨਹੀਂ ਆਉਂਦੀ ਵੀ ਕੀ ਕਰਨਾ ਚਾਹੀਦਾ। ਮੈਂ ਕਹਿੰਦਾ ਮੈਨੂੰ ਇੱਕ ਵਾਰੀ 4 ਘੰਟੇ ਉੱਥੇ ਪ੍ਰਧਾਨ ਮੰਤਰੀ ਬਣਾ ਕੇ ਦੇਖੋ, ਸਾਰੇ ਕੰਮ ਮੈਂ ਸਹੀ ਕਰ ਦੂੰਗਾ ਜੀ, ਮਿਹਰਬਾਨੀ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਵੀ ਕੋਲ ਦਿੱਤੀ ਗਈ ਸੀ ਕਿ ਸਵੇਰੇ 8 ਵਜੇ ਟੋਲ 'ਤੇ ਪਹੁੰਚਾਂਗੇ, ਪਰ ਜਿੱਦਾਂ ਹੀ ਕਿਸਾਨ ਆਗੂ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਦੇਖੋ ਇਹ ਜਿਹੜੀ ਸਰਕਾਰ ਦੇ ਵਿੱਚ, ਸਰਕਾਰ ਨਾਲ ਮੱਥਾ ਲਾਉਣਾ ਵੀ ਨਹੀਂ, ਆਪਾਂ ਸਰਕਾਰ ਦੀ ਸਰਕਾਰ ਨੂੰ ਅਪੀਲ ਕਰ ਸਕਦੇ ਹਾਂ ਵੀ ਇਹ ਗੱਲ ਗਰੀਬਾਂ ਦੀ ਸੁਣੀ ਜਾਵੇ। ਮਹਿੰਗਾਈ ਇੰਨੀ ਆ, ਕੀ ਗੱਲ, ਸਾਡੇ ਪ੍ਰਧਾਨ ਮੰਤਰੀ, ਸਾਡੇ ਰਾਸ਼ਟਰਪਤੀ ਸਾਹਿਬ, ਸਾਡੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਹੈਗਾ, ਸਾਰਾ ਕੁਝ ਪਤਾ, ਫਿਰ ਸਿਰਫ ਜਾਣ ਕੇ ਨਾ ਅੱਖਾਂ ਮੀਚ ਕੇ ਬੈਠੇ ਆ, ਇਹ ਲੋਕਾਂ ਦੀ ਜੇਬਾਂ 'ਚੋਂ ਪੈਸੇ ਕੱਢ ਰਹੇ ਆ। ਬਾਕੀ ਜੋ ਜਾਇਜ਼ ਲੈਣ ਯਾਰ, ਸਾਨੂੰ ਕੋਈ ਮਤਲਬ ਹੈ ਨਹੀਂਗਾ ਵੀ ਜਾਇਜ਼ ਆ ਜੋ ਜਾਇਜ਼, ਆਪਾਂ ਜਾਇਜ਼ ਕਹਿ ਰਹੇ ਹੋ, ਮੈਨੂੰ ਪ੍ਰਧਾਨ ਮੰਤਰੀ ਬਣਾ ਦੇਣ ਚਾਹੇ ਕੁਝ ਘੰਟੇ ਲਈ ਬਣਾ ਦੇਣ, ਕਿਹੜੇ ਫੈਸਲੇ ਲਓਗੇ? ਮੈਂ 4 ਘੰਟੇ ਵਿੱਚ ਉਹ ਫੈਸਲਾ ਲਊਂਗਾ ਜਿਹੜਾ ਇੰਡੀਆ 'ਚ ਭਾਰਤ ਦੇਸ਼ ਕਿਸੇ ਨਾਲ ਲਿੱਤਾ ਹੋਵੇ। ਕਿਹੜੇ 2-3 ਫੈਸਲੇ ਦੱਸੋ, ਕਿਹੜੇ 2-3 ਸੋਚੇ ਹੋਣੇ? ਜੇ ਮੈਂ ਦੱਸਦਾ, ਇਹਨਾਂ ਨੇ ਕਹਿਣਾ ਸਾਨੂੰ ਪਹਿਲੇ ਪਤਾ ਸੀ, ਪਹਿਲੇ ਨਹੀਂ ਪਤਾ ਦੱਸਣਾ, ਐਨ ਮੌਕੇ ਦੇ ਉੱਤੇ ਹੀ ਚੌਕਾ ਮਾਰਨਾ। ਬਿਲਕੁਲ, ਨੀਟੂ ਛੱਟਰਾ ਵਾਲਾ ਲਾਡੋਵਾਲ ਟੋਲ 'ਤੇ ਪਹੁੰਚੇ ਨੇ, ਜੋ ਕਹਿ ਰਹੇ ਨੇ ਕਿ ਸਿੱਧਾ ਲੋਕਾਂ ਦੀ ਜੇਬ 'ਤੇ ਡਾਕਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ, ਤਾਂ ਟੋਲ ਦੇ ਰੇਟ ਆ ਘਟਾਉਣੇ ਚਾਹੀਦੇ ਨੇ। ਉਹ ਵੀ ਕਹਿੰਦੇ ਕਿਸਾਨਾਂ ਦੇ ਵੱਲੋਂ ਜੋ ਮੰਗ ਹੈ ਉਹ ਜਾਇਜ਼ ਮੰਗ ਹੈ, ਔਰ ਨਾਲ ਦੇ ਨਾਲ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਮੈਨੂੰ 4 ਘੰਟੇ ਲਈ ਪ੍ਰਧਾਨ ਮੰਤਰੀ ਬਣਾਇਆ ਜਾਵੇ ਤਾਂ ਮੈਂ ਅਹਿਮ ਫੈਸਲੇ ਦੇਸ਼ ਦੇ ਲਈ ਲਵਾਂਗਾ। ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲਾਡੋਵਾਲ ਟੋਲ ਪਲਾਜ਼ਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।